ਦੇਖੋ ਭਾਈ, ਜਿਹੜਾ ਸਟੂਡੈਂਟ ਹੁੰਦਾ, ਵਿਦਿਆਰਥੀ ਹੁੰਦਾ, ਦੁਨਿਆਵੀ ਵਿੱਦਿਆ ਦੇ ਵਿੱਚ ਵੀ ਉਹਨੂੰ ਪਹਾੜੇ ਪੜ੍ਹਾਏ ਜਾਂਦੇ ਨੇ ਵਾਰ ਵਾਰ, ਉਸਨੂੰ ਕਿਤਾਬਾਂ ਦੇ ਵਿੱਚ ਵਾਰ ਵਾਰ ਉਹ ਪੜ੍ਹਾਇਆ ਜਾਂਦਾ, ਉਹ ਗਿਣਤੀਆਂ ਕਰਕੇ ਪੜ੍ਹਾਇਆ ਜਾਂਦਾ ਵੀ ਐਨੀ ਦਫ਼ਾ ਤੂੰ ਕਰ, ਐਨੀ ਦਫ਼ਾ ਕਰ, ਐਨੀ ਦਫ਼ਾ ਹੀ ਕਰ। ਸਵਾਲ ਇਹ ਆ ਪਹਿਲੇ ਸ਼ੁਰੂ ਦੇ ਵਿੱਚ, ਅਤੇ ਤੁਸੀਂ ਇਸ ਤਰ੍ਹਾਂ ਆਪਣਾ ਪਾਠ ਜੇ ਗਿਣਤੀਆਂ ਨਾ ਕਰੋਗੇ ਤੁਹਾਡਾ ਮਨ ਹੀ ਨਹੀਂ ਮੰਨਦਾ, ਇੱਕ ਵੀ ਨਹੀਂ ਪਾਠ ਤੁਸੀਂ ਕਰ ਸਕੋਗੇ। ਅਗਰ ਤੁਸੀਂ ਗਿਣਤੀ ਅਗਰ ਪਾਠ ਜ਼ਿਆਦਾ ਕਰ ਲੈਂਦੇ ਹੋ ਤਾਂ ਤੁਹਾਡਾ ਮਨ ਹੋਰ ਸ਼ਾਂਤ ਹੋ ਕੇ ਸਹਿਜ ਸੁਭਾਅ ਆਸਤਾ ਆਸਤਾ ਕਰਦੇ ਕਰਦੇ ਫਿਰ ਅਵਸਥਾ ਆ ਜਾਂਦੀ ਆ। ਪਹਿਲੇ ਤਾਂ ਆਦਮੀ ਜਵਾਨ ਨਾਲ ਪਾਠ ਕਰ ਉੱਚੀ ਉੱਚੀ ਪਾਠ ਕਰਦਾ, ਉੱਚੀ ਉੱਚੀ ਪਾਠ ਕਰਦਾ, ਫਿਰ ਉਸ ਤੋਂ ਬਾਅਦ ਜੋ ਹੋਰ ਉਹਦਾ ਮਨ ਤਗੜਾ ਹੋ ਜਾਂਦਾ ਤਾਂ ਫਿਰ ਉਹ ਆਸਤਾ ਆਸਤਾ ਪਾਠ ਕਰਦਾ, ਫਿਰ ਹੋਰ ਤਗੜਾ ਬਾਣ ਆਉਂਦਾ ਤਾਂ ਬੋਲੀ ਹੁੰਦੇ ਬੋਲੀ ਅਮਾਊਂਟ ਹੀ ਹੁੰਦੇ ਨੇ ਅੰਦਰ ਪਾਠ ਚੱਲਦਾ ਰਹਿੰਦਾ ਗਾ। ਅਤੇ ਇਹ ਅਵਸਥਾ ਤੁਹਾਡੀ ਜਦੋਂ ਅਵਸਥਾ ਤੁਹਾਡੀ ਦੁਨਿਆਵੀ ਵਿੱਚ ਅਵਸਥਾ ਆ, ਦੁਨੀਆਂ 'ਚ ਖਰਚ ਹੋ, ਤਾਂ ਉਹਨਾਂ ਜਿੰਨੇ ਪਾਠ ਕਰੋਗੇ ਉੱਚੀ ਉੱਚੀ ਕਰੋਗੇ ਉਨਾ ਮਨ ਜਿਹੜਾ ਦੁਨੀਆਂ 'ਚੋਂ ਹਟ ਕੇ ਉਹਦੇ 'ਚ ਲੱਗੇਗਾ। ਜਿਉਂ ਜਿਉਂ ਪਾਠ ਉੱਚੀ ਉੱਚੀ ਕਰਕੇ ਤੁਹਾਡਾ ਮਨ ਟੰਗਾ ਫਿਰ ਪਾਠ ਤੋਂ ਘਟਾਉਂਦੇ ਜਾਓ ਘਟਾਉਂਦੇ ਜਾਓਗੇ, ਫਿਰ ਤਾਂ ਭਾਈ ਆਪਣਾ ਪਹਿਲੇ ਉੱਚੀ ਕਰਦੇ ਫਿਰ ਆਸਤਾ ਆਸਤਾ ਕਰਦੇ ਫਿਰ ਹੋਂਡ ਵੀ ਨਹੀਂ ਹਿਲਦੇ, ਅੰਦਰ ਸੁਰਤ 'ਚ ਹੀ ਪਾਠ ਹੀ ਕਰਦੇ ਰਹਿੰਦੇ ਹੋ। ਇਹ ਅਵਸਥਾ ਰਹੇ ਸਾਰੀਆਂ, ਕਿੰਨੇ ਪਾਠ ਕਰ ਰਹੇ ਕਿੰਨੇ ਨਹੀਂ ਕਰ ਰਹੇ ਤੁਹਾਡੀ ਅਵਸਥਾ ਦੇ ਮੁਤਾਬਕ ਹੈ। ਪਏ ਗੁਰਮੁਖੋ, ਜਿਹੜਾ ਮਨ ਆਦਮੀ ਨਵਾਂ ਨਵਾਂ ਲੱਗਾ ਆ ਉਹਨੂੰ ਆਪਣਾ ਪਰਮਾਤਮਾ ਦੇ ਵਾਹਿਗੁਰੂ ਦੇ ਬੰਧਨ 'ਚ ਪੈ ਕੇ ਕਰ ਪੈਣਾ ਪੈਣ ਵਾਸਤੇ, ਸ਼ਰਧਾ ਪ੍ਰੇਮ ਅੰਦਰ ਬੁਲਾਉਣ ਵਾਸਤੇ ਜਿਹੜਾ ਮਨ ਇੱਧਰ ਉੱਧਰ ਖਿੜਦਾ ਆ ਉਸ ਨੂੰ ਜ਼ਿਆਦਾ ਪਾਠ ਕਰਨ ਨਾਲ ਉਹਦੇ ਅੰਦਰ ਵਸੇਗਾ, ਇੱਕ ਪਾਠ ਕਰਨ ਨਾਲ ਨਹੀਂ ਵਸੇਗਾ। ਜਿਉਂ ਜਿਉਂ ਮਨ ਕੱਚਾ ਆ ਇੱਧਰ ਉੱਧਰ ਖਿੜਦਾ ਉਹ ਤਿਉਂ ਤਿਉਂ ਜ਼ਿਆਦਾ ਪਾਠ ਕਰੇ, ਪਹਿਲੇ ਜ਼ਿਆਦਾ ਪਾਠ ਕਰਦੇ ਕਰਦੇ ਜਦੋਂ ਮਨ ਟਿਕਦਾ ਜਾਂਦਾ ਗੁਰੂ 'ਚ ਪ੍ਰੇਮ ਲੱਗਦਾ ਜਾਂਦਾ ਫਿਰ ਪਾਠ ਘੱਟਦੇ ਜਾਂਦੇ ਨੇ ਘੱਟਦੇ ਜਾਂਦੇ ਨੇ, ਪਹਿਲੇ ਬਹੁਤ ਉੱਚੀ ਉੱਚੀ ਕਰਦਾ ਫਿਰ ਆਸਤਾ ਆਸਤਾ ਕਰਦਾ ਫਿਰ ਹੋਰ ਮਨ ਲੱਗਦਾ ਫਿਰ ਹੋਂਟ ਹੀ ਹਿਲਦੇ ਨੇ ਉਹ ਅੰਦਰ ਪਾਠ ਕਰੀ ਜਾਂਦਾ, ਫਿਰ ਪਾਠ ਕਰਦਿਆਂ ਕਰਦਿਆਂ ਫਿਰ ਉਹ ਕਈ ਦਫ਼ਾ ਐਸਾ ਹੈ ਕਿ ਫਿਰ ਪਰਮਾਤਮਾ ਵਾਹਿਗੁਰੂ ਵੀ ਕਰਦਾ ਨਾਲ ਨੇਤਰਮ ਤਾਂ ਇੰਨਾ ਕਰਦਾ ਕਿ ਫਰਜ਼ ਸਮਝ ਕੇ ਫਿਰ ਵਾਹਿਗੁਰੂ 'ਤੇ ਮਨ ਟਿਕ ਜਾਂਦਾ। ਅਤੇ ਮਨ ਦੀ ਅਵਸਥਾ ਆ ਜਿਸ ਕਰਕੇ ਤੁਸੀਂ ਵਾਹਿਗੁਰੂ ਵਾਹਿਗੁਰੂ 'ਤੇ ਮਨ ਉੱਚੀ ਕਰਦਾ ਆਸਤਾ ਆਸਤਾ ਫਿਰ ਵਾਹਿਗੁਰੂ ਵੀ ਅੰਦਰ ਅੰਦਰ ਟਿਕ ਜਾਂਦਾ ਵੀ ਵਾਹਿਗੁਰੂ ਵੀ ਅੰਦਰ ਹੀ ਆਵਾਜ਼ ਵਾਹਿਗੁਰੂ ਵਾਹਿਗੁਰੂ ਹੁੰਦੀ ਆ ਫਿਰ ਵਾਹਿਗੁਰੂ ਦੀ ਆਵਾਜ਼ ਵੀ ਉੜਦੀ ਆ ਅੰਦਰ ਜਿਹੜਾ ਨਿਰਾਕਾਰ ਆ ਵਾਹਿਗੁਰੂ ਅੰਦਰ ਬੈਠਾ ਆ ਉਹਦੇ ਧਿਆਨ ਲੱਗ ਜਾਂਦਾ ਉਹਦੇ ਨਾ ਬੋਲਦਾ ਤਾਂ ਕੁਛ ਦਾ ਧਿਆਨ ਉਹਨੂੰ ਕਹਿੰਦਾ ਨਿਰਾਕਾਰ ਦਾ ਦੇਸ਼ ਨਿਰਾਕਾਰ ਕੇ ਦੇਸ਼ ਜਾ ਤਾਂ ਸੁਖ ਲੈ ਮਲ ਉੱਥੇ ਕਾਲਪੁਰਖ ਰਾਜੂ ਦਾ ਮਨ ਟਿਕਿਆ। ਤਾਂ ਇਹ ਅਵਸਥਾ ਨੇ ਆਦਮੀ ਦੀਆਂ, ਸੋ ਇਸ ਕਰਕੇ ਮਨ ਨੂੰ ਆਪਣੇ ਸਾਧਨਾ ਮਨ ਨੂੰ ਸਾਫ਼ ਕਰਨਾ।